ਹੁਸ਼ਿਆਰਪੁਰ ਤੋਂ ਦਸੂਹਾ ਰੋਡ ਤੇ ਨਲੋਈਆ ਚੌਂਕ ਤੋਂ ਲਗਭਗ 100 ਮੀਟਰ ਦੇ ਡਿਸਟੈਂਸ ਤੇ ਤੁਹਾਨੂੰ ਇੱਕ ਮੈਂ ਪ੍ਰੋਪਰਟੀ ਦਿਖਾਣਾ ਆ ਜਿਹੜੀ ਮੇਨ ਜਿਹੜਾ ਰੋਡ ਹੈ ਉਹਦੇ ਉੱਤੇ ਸਥਿਤ ਹੈ। ਦੁਕਾਨਾਂ ਇਹਦੇ ਵਿੱਚ ਬਣੀਆਂ ਪਈਆਂ, ਕਮਰਸ਼ੀਅਲ ਪ੍ਰੋਪਰਟੀ ਹੈ, ਘਰ ਵੀ ਇਹਦੇ ਵਿੱਚ ਬਣਿਆ। ਆਓ ਮੈਂ ਤੁਹਾਨੂੰ ਅੰਦਰ ਦਿਖਾਵਾਂ। ਕੋਈ 20 ਮਰਲੇ ਪ੍ਰੋਪਰਟੀ ਜਿਹੜੀ ਵੱਡੇ ਮਰਲੇ, ਕਾਫੀ ਜ਼ਿਆਦਾ ਪ੍ਰੋਪਰਟੀ ਹੁੰਦੀ ਹੈ, ਕਾਫੀ ਏਰੀਆ ਹੁੰਦਾ। ਆਹ ਡਰਾਇੰਗ ਏਰੀਆ, ਇਹ ਡਰਾਇੰਗ ਰੂਮ ਬਣਾਇਆ ਗਿਆ ਬੈਠਣ ਉੱਠਣ ਵਾਸਤੇ। ਹਾਏ ਦੋਸਤੋ, ਮੈਂ ਦੀਪਕ ਰਾਣਾ, TK ਪ੍ਰੋਪਰਟੀਆਂ ਕੰਸਟਰਕਸ਼ਨ ਦੇ ਚੈਨਲ 'ਤੇ ਤੁਹਾਡੇ ਨਾਲ ਰੂਬਰੂ ਹੋਇਆ। ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹੁਸ਼ਿਆਰਪੁਰ ਦੇ ਵਿੱਚ। ਹੁਸ਼ਿਆਰਪੁਰ ਤੋਂ ਦਸੂਹਾ ਰੋਡ 'ਤੇ ਨਲੋਈਆ ਚੌਂਕ ਤੋਂ ਲਗਭਗ 100 ਮੀਟਰ ਦੇ ਡਿਸਟੈਂਸ 'ਤੇ ਤੁਹਾਨੂੰ ਇੱਕ ਮੈਂ ਪ੍ਰੋਪਰਟੀ ਦਿਖਾਉਣਾ ਆ ਜਿਹੜੀ ਲਗਭਗ ਜਿਹਦਾ ਡਾਇਮੈਂਸ਼ਨ ਹੈਗਾ 55x99 ਔਰ ਵੱਡੇ ਮਰਲੇ ਹੈ, ਲਗਭਗ 20 ਮਰਲੇ ਬਣਦੇ ਆ। ਕਨਾਲ ਦੀ ਇਹ ਪ੍ਰੋਪਰਟੀ ਹੈ, ਮੇਨ ਜਿਹੜਾ ਰੋਡ ਹੈ ਉਹਦੇ ਉੱਤੇ ਸਥਿਤ ਹੈ। ਦੁਕਾਨਾਂ ਇਹਦੇ ਵਿੱਚ ਬਣੀਆਂ ਪਈਆਂ, ਕਮਰਸ਼ੀਅਲ ਪ੍ਰੋਪਰਟੀ ਹੈ, ਘਰ ਵੀ ਇਹਦੇ ਵਿੱਚ ਬਣਿਆ। ਆਓ ਮੈਂ ਤੁਹਾਨੂੰ ਅੰਦਰ ਦਿਖਾਵਾਂ। ਆਹ ਸ਼ੋਪ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਅੱਗੇ ਫਰੰਟ 'ਚ ਬਣੀਆਂ। ਆ ਕਾਫੀ ਖੁੱਲ੍ਹਾ ਏਰੀਆ ਜਿਹੜਾ ਇਸ ਪ੍ਰੋਪਰਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਆ ਅੱਗੇ ਸ਼ੋਪਸ ਹੈ, ਪਿੱਛੇ ਕਾਫੀ ਜਿਹੜੀ ਸਪੇਸ ਇੱਥੇ ਜਿਹੜੀ ਛੱਡੀ ਗਈ ਹੈ। ਕੋਈ 20 ਮਰਲੇ ਪ੍ਰੋਪਰਟੀ ਜਿਹੜੀ ਵੱਡੇ ਮਰਲੇ, ਕਾਫੀ ਜ਼ਿਆਦਾ ਪ੍ਰੋਪਰਟੀ ਹੁੰਦੀ ਹੈ, ਕਾਫੀ ਏਰੀਆ ਹੁੰਦਾ। ਪਿੱਛੇ ਜਿਹੜਾ ਇਹਨਾਂ ਨੇ ਸੈੱਟ ਬਣਾਇਆ 3 BHK ਪੁਰਾਣਾ ਮਕਾਨ ਹੈ, ਸਿੰਗਲ ਸਟੋਰੀ ਹੈ ਬਣਿਆ ਹੋਇਆ, ਉਹ ਵੀ ਮੈਂ ਤੁਹਾਨੂੰ ਦਿਖਾਵਾਂ। ਆਹ ਤੁਸੀਂ ਦੇਖ ਸਕਦੇ ਹੋ ਫਰੰਟ ਵਾਲਾ ਇੱਕ ਕਿਸਮ ਦਾ ਪੋਰਚ ਦਾ ਏਰੀਆ ਲਾ ਲਓ, ਜਿਸਨੂੰ ਜਿਹੜਾ ਇਹ ਲੋਬੀ ਬਣਾਇਆ ਗਿਆ ਇਸੇ ਤਰੀਕੇ ਨਾਲ। ਜੇ ਬੈਕ ਯਾਰਡ ਦੇ ਵਿੱਚ ਵੀ ਜਿਹੜਾ ਏਰੀਆ ਛੱਡਿਆ ਗਿਆ ਖੁੱਲ੍ਹਾ, ਨਾਲ ਇੱਕ ਵਾਸ਼ਰੂਮ ਬਣਾਇਆ ਗਿਆ। ਆਹ ਡਰਾਇੰਗ ਏਰੀਆ, ਇਹ ਡਰਾਇੰਗ ਰੂਮ ਬਣਾਇਆ ਗਿਆ ਬੈਠਣ ਉੱਠਣ ਵਾਸਤੇ। ਆਹ ਡਾਇਨਿੰਗ ਦਾ ਏਰੀਆ, ਲੋਬੀ ਦਾ ਏਰੀਆ ਹੈ, ਔਰ ਇਹ ਬੈਡਰੂਮ, ਇੱਕ ਫਸਟ ਬੈਡਰੂਮ, ਨਾਲ ਜਿਹੜਾ ਅਟੈਚ ਵਾਸ਼ਰੂਮ ਦਿੱਤਾ ਗਿਆ। ਸੈਕਿੰਡ ਬੈਡਰੂਮ ਅਟੈਚ ਵਾਸ਼ਰੂਮ, ਜਿਹੜਾ ਦੋਨਾਂ ਰੂਮ ਜਿਹੜਾ ਇੰਟਰ ਕਨੈਕਟੀਵਿਟੀ ਦਿੱਤੀ ਗਈ ਹੈ ਜੀ। ਇਹ ਬੈਕ ਯਾਰਡ ਦੇ ਵਿੱਚ ਜਿਹੜਾ ਏਰੀਆ ਦਿੱਤਾ ਗਿਆ, ਵਾਸ਼ਰੂਮ ਇੱਥੇ ਬਣਾਇਆ ਗਿਆ, ਉਹ ਨਾਲ ਬਾਥਰੂਮ ਬਣਾਇਆ ਗਿਆ, ਔਰ ਇੱਕ ਮਸ਼ੀਨ ਵਗੈਰਾ ਇੱਥੇ ਰੱਖੀ ਗਈ ਹੈ। ਇਸੇ ਤਰੀਕੇ ਦੇ ਨਾਲ ਸਪੇਸ ਜਿਹੜੀ ਆ ਪਿੱਛੇ ਨੂੰ ਖੁੱਲ੍ਹਦੀ ਚੱਲ ਜਾਂਦੀ ਹੈ, ਨਾਲ ਤੁਸੀਂ ਦੇਖ ਸਕਦੇ ਹੋ ਕਾਫੀ ਸਪੇਸ ਜਿਹੜੀ ਪਿੱਛੇ ਵੀ ਹੈ, ਲੇਕਿਨ ਇਹ ਵਿੱਚ ਨਹੀਂ ਆਉਂਦੀ, ਖੁੱਲ੍ਹਾ ਏਰੀਆ ਪਿਆ ਇੱਥੇ। 99 ਫਿੱਟ ਜਿਹੜਾ ਪਿੱਛੇ ਤੱਕ ਜਾਂਦਾ ਹੈ। ਕਿਚਨ ਦਿੱਤੀ ਗਈ ਹੈ,
ਨੌਰਥ ਫੇਸਿੰਗ ਇਹ ਪ੍ਰੋਪਰਟੀ ਹੈ 55x99 ਲਗਭਗ ਵੱਡੇ ਮਰਲੇ ਜਿਹੜੇ 20 ਮਰਲੇ ਕਨਾਲ ਦੀ ਪ੍ਰੋਪਰਟੀ ਬਣਦੀ ਹੈ ਬਿਲਕੁਲ ਪ੍ਰਾਈਮ ਲੋਕੇਸ਼ਨ ਦੇ ਉੱਤੇ ਹੈ ਔਰ ਦੇਖ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਟ੍ਰੈਫਿਕ ਹੈ ਮੇਨ ਰੋਡ ਦੇ ਉੱਤੇ ਹੁਸ਼ਿਆਰਪੁਰ ਦੇ ਨਾਲ ਹੀ ਲੱਗਦੀ ਹੈ ਜਿਹੜਾ ਨਲੋਈਆਂ ਤੋਂ ਦਸੂਏ ਨੂੰ ਜਿਹੜਾ ਰੋਡ ਜਾਂਦਾ ਹੁਸ਼ਿਆਰਪੁਰ ਤੋਂ ਉੱਥੋਂ ਲਗਭਗ 200 ਕੁ ਮੀਟਰ ਦੇ ਡਿਸਟੈਂਸ 'ਤੇ ਜਿਹੜੀ ਪ੍ਰੋਪਰਟੀ ਸਥਿਤ ਹੈ ਇਹਦੀ ਜਿਹੜੀ ਜੈਨੂਨ ਕੀਮਤ ਹੈ ਓਨਰ ਵੱਲੋਂ ਉਹ 1.5 ਕਰੋੜ ਰੁਪਇਆ ਜਿਹੜੀ ਰੱਖੀ ਗਈ ਹੈ ਔਰ ਜਿਹੜੇ ਮੇਰੇ ਵੀਰ ਇੰਟਰਸਟਡ ਉਹ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹਨ ਔਰ ਕਿਸੇ ਵੀ ਤਰੀਕੇ ਦੀ ਇਹ ਪ੍ਰੋਪਰਟੀ ਸੇਲ ਕਰਨੀ ਹੋਵੇ ਉਹ ਵੀ ਜ਼ਰੂਰ ਮੇਰੇ ਥੱਲੇ ਦਿੱਤੇ ਨੰਬਰ 'ਤੇ ਕੰਟੈਕਟ ਕਰਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ